ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ। ਸਾਰੇ ਮੇਰੇ ਦੋਸਤੋ ਫੇਸਬੁੱਕ ਚਲਾਉਣ ਵਾਲੇ, ਵਟਸਐਪ ਚਲਾਉਣ ਵਾਲੇ ਔਰ ਸਾਰੇ ਮੇਰੇ ਦੇਸ਼ ਦੇ ਨਾਗਰਿਕਾਂ ਨੂੰ ਮੇਰੇ ਵੱਲੋਂ ਅਪੀਲ ਹੈ, ਹੱਥ ਜੋੜ ਕੇ ਬੇਨਤੀ ਹੈ। ਦੇਖੋ ਪਾਕਿਸਤਾਨ ਅਤੇ ਇੰਡੀਆ ਭਾਰਤ ਦਰਮਿਆਨ ਜੋ ਸੰਬੰਧ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਖਰਾਬ ਹੋ ਚੁੱਕੇ ਆ ਔਰ ਖਾਸ ਕਰਕੇ ਮੇਰੀ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਦਾਂ ਦੀ ਅਫਵਾਹਾਂ ਨਾ ਫੈਲਾਓ ਕਿ ਹੋਰ ਜੋ ਸੰਬੰਧ ਆ ਹੋਰ ਖਰਾਬ ਹੋ ਜਾਣ। ਅਰਦਾਸ ਕਰੋ ਪਰਮਾਤਮਾ ਅੱਗੇ ਜੋ ਸੰਬੰਧ ਆ ਠੀਕ ਠਾਕ ਹੋਣ। ਦੇਖੋ ਦੋਸਤੋ ਲੜਾਈ ਕਦੋਂ ਵੀ ਲੱਗੀ ਹੈ, ਜੰਗ ਕਦੋਂ ਵੀ ਲੱਗੀ ਹੈ, ਕਿਸੇ ਨੇ ਵੀ ਕਦੇ ਲੜਾਈ ਦੇ ਵਿੱਚੋਂ ਕੁਝ ਵੀ ਨਹੀਂ ਖੱਟਿਆ, ਕਦੇ ਵੀ ਇਨਕਲਾਬ ਗੋਲੀ ਦੇ ਵਿੱਚੋਂ ਨਹੀਂ ਨਿਕਲਿਆ। ਆਖਿਰ ਕੋਈ ਵੀ ਮਸਲਾ ਬੈਠ ਕੇ ਹੱਲ ਹੁੰਦਾ। ਜੇਕਰ ਆਪਾਂ ਇੱਦਾਂ ਝੂਠੀਆਂ ਅਫਵਾਹਾਂ ਫੁਲਾਵਾਂਗੇ, ਕਿਸੇ ਦੇ ਖਿਲਾਫ ਬੋਲਾਂਗੇ ਤਾਂ ਉਸ ਦਾ ਸਿੱਟੇ ਕਾਫੀ ਭਿਆਨਕ ਨਿਕਲ ਸਕਦੇ ਆ। ਔਰ ਪਾਕਿਸਤਾਨ ਦੇ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਪਾਇਲਟ ਅਭਿਨੰਦਨ ਉਹ ਸਹੀ ਸਲਾਮਤ ਆਪਣੀ ਧਰਤੀ 'ਤੇ, ਸਾਡੀ ਆਪਣੀ ਧਰਤੀ 'ਤੇ ਉਹ ਪਹੁੰਚ ਰਿਹਾ। ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਔਰ ਦੋਨਾਂ ਦੇਸ਼ਾਂ ਨੂੰ ਸੰਬੰਧ ਸੁਧਾਰਨੇ ਚਾਹੀਦੇ ਆ। ਜੇ ਕੋਈ ਮਸਲਾ ਤਾਂ ਉਸਨੂੰ ਇੱਕ ਥਾਂ 'ਤੇ ਬਹਿ ਕੇ ਸੁਲਝਾਇਆ ਵੀ ਜਾ ਸਕਦਾ। ਇਹ ਨਹੀਂ ਕਿ ਕਿਸੇ ਨੂੰ ਗੋਲੀ ਮਾਰ ਕੇ, ਕਿਸੇ ਦੇ ਟਾਇਰ ਕਰਕੇ, ਹਮਲਾ ਕਰਕੇ ਕਦੀ ਵੀ ਕੋਈ ਫੈਸਲਾ ਨਹੀਂ ਹੋ ਸਕਦਾ। ਖਾਸ ਕਰਕੇ ਮੇਰੇ ਲੀਡਰਾਂ ਨੂੰ ਮੇਰੀ ਬੇਨਤੀ ਹੈ, ਰਿਕੁਐਸਟ ਹੈ ਕਿ ਇੱਦਾਂ ਦੀਆਂ ਅਫਵਾਹਾਂ ਤੁਸੀਂ ਵੀ ਨਾ ਫੈਲਾਓ। ਰਾਜਨੀਤੀ ਹਾਂ ਹੁੰਦੀ ਹੈ, ਪਰ ਇੱਦਾਂ ਦੀ ਰਾਜਨੀਤੀ ਵੀ ਨਾ ਕਰੋ ਜਿਸ ਦੇ ਨਾਲ ਕਿਸੇ ਦਾ ਸੁਹਾਗ, ਕਿਸੇ ਮਾਂ ਦਾ ਪੁੱਤ ਕਿਸੇ ਦੀਆਂ ਅੱਖਾਂ ਤੋਂ ਦੂਰ ਹੋ ਜਾਵੇ। ਹਾਂ ਦੋਸਤੋ ਦੇਖੋ, ਜੇਕਰ ਕਿਸੇ ਸੈਨਿਕ ਦੀ ਮੌਤ ਹੋ ਜਾਂਦੀ ਹੈ, ਜੇਕਰ ਪਾਕਿਸਤਾਨ ਦਾ ਹੁੰਦਾ, ਜੇਕਰ ਇੰਡੀਆ ਦਾ, ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਕਿਸੇ ਦਾ ਸੁਭਾਅ ਉਜੜਦਾ ਨਾ। ਆਪਾਂ ਸਾਰੇ ਸਮਝਦਾਰ ਹਾਂ, ਇੱਦਾਂ ਦੀਆਂ ਅਫਵਾਹਾਂ ਨਾ ਫੈਲਾਓ। ਉੱਪਰ ਮੇਰੀ ਹੋਰ ਰਿਕੁਐਸਟ ਹੈ, ਬੇਨਤੀ ਹੈ ਕਿ ਸੰਬੰਧ, ਆਸ ਕਰਦਾ ਪਰਮਾਤਮਾ ਅੱਗੇ ਕਿ ਆਪਣੇ ਦੋਨੇ ਦੇਸ਼ਾਂ ਦੇ ਜੋ ਸੰਬੰਧ ਆ ਕਾਫੀ ਚੰਗੇ ਠੀਕ ਹੋ ਜਾਣਗੇ। ਮੇਰੇ ਪਿਆਰੇ ਦੇਸ਼ ਦੇ ਨਾਗਰਿਕੋ, ਜੰਗ ਦਾ ਨਾਮ ਜੰਗ, ਯੁੱਧ ਦੋ ਅੱਖਰਾਂ ਦਾ ਜੋ ਸ਼ਬਦ ਹੈ, ਪਰ ਇਹਦੇ ਸਿੱਟੇ ਬੜੇ ਭਿਆਨਕ ਨਿਕਲਦੇ ਆ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਪਾਨ ਦੇ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਵਿੱਚ ਪਰਮਾਣੂ ਬੰਬ ਜੋ ਸੁੱਟਿਆ ਗਿਆ ਸੀ, ਪਰ ਉਸਦੇ ਜੋ ਭਿਆਨਕ ਸਿੱਟੇ ਆ, ਅਜੇ ਵੀ ਉੱਥੇ ਜੋ ਬੱਚੇ ਪੈਦਾ ਹੁੰਦੇ ਆ, ਜਾਂ ਤਾਂ ਉਹਨਾਂ ਦੇ ਪੂਰੇ ਅੰਗ ਵਿਕਸਿਤ ਨਹੀਂ ਹੁੰਦੇ, ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਲੰਗੜੇ ਲੁੱਲੇ ਪੈਦਾ ਹੁੰਦੇ ਆ। ਇਹ ਨਾ ਸੋਚੋ ਕਿ ਜੰਗ ਜ਼ਰੂਰੀ ਨਹੀਂ ਹੈ, ਜੋ ਮਸਲਾ ਬੈਠ ਕੇ ਵੀ ਹੱਲ ਹੋ ਸਕਦਾ। ਝੂਠੀਆਂ ਅਫਵਾਹਾਂ ਨਾ ਫੈਲਾਓ। ਮੇਰਾ ਵਾਰ ਵਾਰ ਇਹੀ ਹੈ, ਮੀਡੀਆ ਨੂੰ ਵੀ ਖਾਸ ਕਰਕੇ ਅਪੀਲ ਹੈ, ਮੇਰੀ ਬੇਨਤੀ ਹੈ, ਕੋਈ ਵੀ ਖਬਰ ਹੈ ਉਸ ਨੂੰ ਵਧਾ ਚੜਾ ਕੇ ਪੇਸ਼ ਨਾ ਕਰੋ, ਜੋ ਸੱਚ ਹੈ ਸੱਚ ਦਿਖਾਓ, ਕਿਸੇ ਦੇ ਮਨ ਵਿੱਚ ਬਦਲੇ ਦੀ ਭਾਵਨਾ ਪੈਦਾ ਨਾ ਕਰੋ। ਔਰ ਖਾਸ ਕਰਕੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸਾਡੇ ਅਭਿਨੰਦਨ ਪਾਇਲਟ ਨੂੰ ਸੁਰੱਖਿਅਤ ਇੰਡੀਆ ਵਿੱਚ ਪਹੁੰਚਾਉਣ ਦਾ ਜੋ ਹੌਸਲਾ ਕੀਤਾ, ਆਪਣਾ ਫਰਜ਼ ਨਿਭਾਇਆ, ਬਹੁਤ ਵੱਡੀ ਗੱਲ ਹੈ। ਧੰਨਵਾਦ। ਭਾਰਤ ਦੇ ਨਾਗਰਿਕਾਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਈ ਰੱਖੋ, ਖਾਸ ਕਰਕੇ ਮੀਡੀਆ ਨੂੰ, ਕਿ ਝੂਠੀਆਂ ਅਫਵਾਹਾਂ ਨਾ ਫੈਲਾਓ।